ਤੁਹਾਡੇ ਕਰਕੇ ਸਾਡੀ ਵੀਡੀਓ ਨੂੰ ਵਿਊ ਵਧਦਾ ਹੈ ਸੀ ਪਿਛਲੀ ਵਾਰੀ, ਥੈਂਕ ਯੂ ਹੈ, ਇਸ ਵਾਰ ਫੇਰ ਆ ਜਾਣ। ਓਕੇ। हाँ जी हाँ जी, किदां थोड़ा सारा दा साडे YouTube चैनल मगर एंड भोली व्लॉग च बहुत बहुत स्वागत है। पिछली वीडियो नूं प्यार देण लई बहुत बहुत धन्नवाद। अज वाली वीडियो भी पूरी इंटरस्टिंग होने वाली आ, क्योंकि अज आपां चले आ पंधेर खेड़ी नूं, उह भी मोटरसाइकिल ते। क्योंकि थोनू सारयां नूं पता ही आ, असीं हुण बहुत जल्दी हिमाचल साइड एक लंबी राइड मोटरसाइकिल ते करनी आ। सो इह सोचिआ उदों पहलां थोड़े जिहे शरीरां नूं सैट कर लिया जावे तां जो असीं लंबी राइड च तंग ना होईए। सो हुण आपां करदे आं अज दी वीडियो शुरू। सो सति श्री अकाल जी, की हाल चाल जी, मैं मगर भोली दे नाल जी लैके आया फिर एक वीडियो कमाल जी। सो हुण आओ चलिए तुहानूं इह मोटरसाइकिल दी सैर कराउंदे आं। हाँ भाई, तैयार हाँ जी, तैयार हाँ। गर्मी च सड़न लई असि दोपहर दे 2 बजे तुरन लगे हाँ। ਹੁਣੇ ਸਾਨੂੰ ਆਦਤ ਆਪਦੀ ਬਦਲ ਲਈ ਪੈਣੀ ਆ, ਕਿਉਂਕਿ ਅੱਗੇ ਤਾਂ ਅਸੀਂ ਗੱਡੀ 'ਚ ਜਾਣਾ ਹੁੰਦਾ ਸੀ, ਸਰ ਜਾਂਦਾ ਸੀ। ਹੁਣ ਅਸੀਂ ਜਾਣਾ ਹੁੰਦਾ ਮੋਟਰਸਾਈਕਲ 'ਤੇ। ਹੁਣ ਅਸੀਂ ਮੋਟਰਸਾਈਕਲ 'ਤੇ ਟਰੈਵਲ ਕਰਾਂਗੇ 2-2.5 ਮਹੀਨੇ, ਮਤਲਬ 2-2.5 ਮਹੀਨੇ ਨਹੀਂ, ਐਗਤੀ ਠੰਡਾ ਪੂਰੇ ਠੰਡਾ ਵੀ ਨਹੀਂ, ਬਸ ਆਹੀ 2-2.5 ਮਹੀਨੇ ਜਿਹੜਾ ਵਧੀਆ ਮੌਸਮ ਹੁੰਦਾ ਵਾ। ਅਤੇ ਬਾਕੀ ਚਲੋ ਜੀ, ਹੁਣ ਤੁਹਾਨੂੰ ਮਿਲਦੇ ਅਸੀਂ ਰੋਡ 'ਤੇ ਜਾ ਕੇ। ਆਪਾਂ 10-12 ਕਿਲੋਮੀਟਰ ਮੋਟਰਸਾਈਕਲ ਚਲਾ ਲਿਆ, ਤੁਰੇ ਜਾਂਦੇ ਤਾਂ ਨਹੀਂ ਗਰਮੀ ਲੱਗਦੀ, ਜਦੋਂ ਮਾੜਾ ਜਿਹਾ ਜਾਮ ਆ ਜਾਂਦਾ ਰੁਕਣਾ ਪੈਂਦਾ, ਉੱਥੇ ਤਾਂ ਗਰਮੀ ਦੇ ਬੱਟ ਨਿਕਲਦੇ ਆ। ਸੋ ਹੁਣ ਆਪਾਂ ਜਾ ਕੇ ਤੁਹਾਨੂੰ ਪੰਧੇਰ ਖੇੜੀ ਮਿਲਦੇ ਹਾਂ, ਅਤੇ ਮੋਟਰਸਾਈਕਲ ਚਲਾਉਣਗੇ ਉਹ ਆ ਨਜ਼ਾਰਾ ਰਿਹਾ, ਪੂਰਾ ਸਵਾਦ ਆ ਰਿਹਾ ਜਦੋਂ ਪੂਰਾ ਭੱਜਿਆ ਜਾਂਦਾ ਨਾ, ਪੂਰਾ ਨਜ਼ਾਰਾ ਆਇਆ, ਠੰਡੀ ਹਵਾ ਆਉਂਦੀ ਆ। ਫਿਰ ਹੁਣ ਆਪਾਂ ਚੱਲਦੇ ਹਾਂ ਹੋਰ, ਜੇ ਰਾਹ 'ਚ ਕਿਤੇ ਹੁਣ ਸਾਨੂੰ ਖੜ ਖੜ ਕੇ ਗੱਲ ਕਰਨੀ ਪੈਣੀ ਆ, ਬਿਕੋਜ਼ ਵੀ ਡੋਂਟ ਹੈਵ ਅ ਗੋਪਰੋ, ਹੁਣ ਆਪਾਂ ਨੂੰ ਗੋਪਰੋ ਵੀ ਲੈਣਾ ਹੀ ਪੈਣਾ ਵਾ। ਸੋ ਇੱਕ ਇਨਵੈਸਟਮੈਂਟ ਹੋਰ ਕਰਨੀ ਪਊ, ਮੈਨੂੰ ਕੱਲ੍ਹ ਹੋ ਗਿਆ ਸੀਗਾ ਵੀ ਸਾਰਾ ਕੁਝ ਡਨ ਆ, ਬਸ ਹੁਣ ਜਿੱਦਾਂ ਯੂਟਿਊਬ ਦੀ ਪੇਮੈਂਟ ਆ ਗਈ, ਬਸ ਉਦੋਂ ਹੀ ਆਪਾਂ ਲੈ ਆਉਣਾ ਉਹ, ਹਲੇ ਤੱਕ ਆਈ ਨਹੀਂ ਯਾਰ। ਚਲੋ ਠੀਕ ਆ, ਹੁਣ ਆਪਾਂ ਚੱਲਦੇ ਹਾਂ, ਤੁਹਾਡਾ ਰਾਹ 'ਚ ਗੱਲਾਂ ਮਾਰਾਂਗੇ ਜੇ ਲੋੜ ਪਈ, ਨਹੀਂ ਆਪਾਂ ਤੁਹਾਨੂੰ ਪੰਧੇਰ ਖੇੜੀ ਜਾ ਕੇ ਮਿਲਦੇ ਹਾਂ। ਬਾਕੀ ਤਾਂ ਪੂਰਾ ਇੰਜੋਏ ਹੋ ਰਿਹਾ, ਬਟ ਹੈਲਮਟ ਦੇ ਚੱਕਰ 'ਚ ਨਾ ਸਿਰ ਬੜਾ ਭਰਾ ਭਰਾ ਹੋ ਗਿਆ। ਹੁਣ ਤੁਹਾਨੂੰ ਸਿੱਧਾ ਜਾ ਕੇ ਪੰਧੇਰ ਖੇੜੀ ਵੀ ਮਿਲਦੇ ਆ। ਮੈਂ ਨਹੀਂ ਪਾ ਕੇ, ਸ਼ੁਕਰ ਇਹੀ, ਤੂੰ ਜੋ ਆਪਾਂ ਲੌਂਗ ਰੂਟ ਤੇ ਆਣਾ ਤੂੰ ਵੱਧ ਤੰਗ ਹੋਣਾ, ਮੈਨੂੰ ਅੱਜ ਥੋੜਾ ਜਿਹਾ ਪ੍ਰੈਕਟਿਸ ਹੋ ਜਾਣੀ ਆ। ਤੂੰ ਵੀ ਹੈਲਮਟ ਪਾਇਆ ਕਰ ਲੋਕਲ 'ਚ। ਕੋਈ ਨਹੀਂ, ਅੱਗੇ ਤੋਂ ਜਦੋਂ ਆਵਾਂਗੇ ਅੱਜ ਇਹਨੂੰ ਮਾਫੀ ਦੇ ਦਿਓ ਹੈ, ਜੇ ਕੋਈ ਕਮੈਂਟਾਂ 'ਚ ਨਾ ਕਹੋ ਵੀ ਹੈਲਮਟ ਨਹੀਂ ਪਾਇਆ, ਭੋਲੀ ਨੇ ਹੈਲਮਟ ਨਹੀਂ ਪਾਇਆ। ਅਸੀਂ ਨੇੜੇ ਹੀ ਜਾਣਾ ਸੀਗਾ, ਸਾਡੇ ਜੋਧਾਂ ਤੋਂ ਲੈ ਕੇ ਪੰਧੇਰ ਖੇੜੀ ਦੀ ਬਾਟ 25-30 ਕਿਲੋਮੀਟਰ ਆ। ਸੋ ਅੱਜ ਅਸੀਂ ਉਹ ਈਜ਼ੀਲੀ ਕਰ ਲਈ, ਮਿਲਾ ਸਾਨੂੰ 100 ਕਿਲੋਮੀਟਰ ਕੋਈ ਬੜਾ ਔਖਾ ਨਹੀਂ ਹੋਣਾ, ਸੋ ਅਸੀਂ ਸ਼ਿਮਲੇ ਖੰਡ ਤੱਕ ਤਾਂ ਈਜ਼ੀਲੀ ਚਲੇ ਜਾਵਾਂਗੇ। ਚਲੋ ਹੁਣ ਤੁਸੀਂ ਪੰਧੇਰ ਖੇੜੀ ਜਾ ਕੇ ਮਿਲਦੇ ਹਾਂ, ਬਾਏ ਬਾਏ। ਲਓ ਜੀ, ਆਪਾਂ ਪਹੁੰਚ ਚੁੱਕੇ ਹਾਂ ਫਿਰ ਪਿੰਡ ਪੰਧੇਰ ਖੇੜੀ। ਪਿਛਲੀ ਵਾਰ ਤੁਹਾਨੂੰ ਦਿਖਾਇਆ ਸੀ ਘਰ, ਇਸ ਵਾਰੀ ਤੁਹਾਨੂੰ ਦਿਖਾਵਾਂਗੇ ਅਸੀਂ ਆਪਦੀ ਮੋਟਰ। ਇੱਧਰਲੇ ਪਾਸੇ ਕਾਲੀ ਟੀ ਸ਼ਰਟ ਵਾਲਾ ਮੁੰਡਾ ਹੈਗਾ ਹਰਪਿੰਦਰ, ਜਿਹਨੂੰ ਕਈ ਕੁੜੀਆਂ ਕਮੈਂਟਾਂ 'ਚ ਹੈਰੀ ਕਹਿ ਰਹੀਆਂ ਸੀ ਪਿਛਲੀ ਵੀਡੀਓ 'ਚ, ਤੇ ਆਹ ਥੱਲੇ ਕੌਣ ਜਾਂਦਾ? ਹੈਲੋ, ਹਾਊ ਆਰ ਯੂ? ਓ, ਆਈ ਐਮ ਫਾਈਨ, ਥੈਂਕ ਯੂ ਥੈਂਕ ਯੂ। ਜਵਾਬ ਦੇਣ ਲਈ ਧੰਨਵਾਦ ਤੁਹਾਡਾ ਇਹਨਾਂ ਦਾ। ਹੋਰ ਸੁਣਾਓ ਵੀ, ਕਿਵੇਂ ਹੋ? ਸਿਮ ਤੇ ਵਧੀਆ ਜੀ, ਵਧੀਆ।
ਹੋਰ ਰਪਿੰਦਰ ਵਧੀਆ ਹੈਰੀ ਹੈ ਸੌਰੀ ਮੈਂ ਹੈਰੀ ਕਹਿ ਕਰ ਯਾਰ ਕਮੈਂਟਾਂ 'ਚ ਕੁੜੀਆਂ ਹੈਰੀ ਕਹਿੰਦੀਆਂ ਨੇ ਅਸੀਂ ਹੁਣ ਹੈਰੀ ਕਹਿ ਕਰੇ ਸੀ ਰਪਿੰਦਰ ਨਹੀਂ ਕਹਿ ਕਰੇ ਭਾਈ ਸਾਨੂੰ ਤਾਂ ਪਤਾ ਨਹੀਂ ਸੀ ਵੀ ਤੈਨੂੰ ਹੈਰੀ ਵੱਧ ਫੇਮਸ ਹੈ ਸਾਡਾ ਚਲੋ ਜੀ ਇਹ ਆ ਜੀ ਆਪਣੀ ਕਿਰਨ ਹੈ ਕਿਰਨ ਯੂਟਿਊਬ ਦੀ ਇੰਟਰੋ ਕਿਵੇਂ ਕਰਦੇ ਹੁੰਦੇ ਆ ਹੈਲੋ ਐਵਰੀਵਨ ਵੈਲਕਮ ਟੂ ਆਵਰ ਯੂਟਿਊਬ ਚੈਨਲ ਸਿਮ ਤੂੰ ਕਿਆ ਸਿਮ ਕਹਿ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਕਿਆ ਚੱਲ ਪਲੀਜ਼ ਸਬਸਕ੍ਰਾਈਬ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬ ਦੇ ਪਾਸ ਵਾਲੀ ਬੈਲ ਬਟਨ ਕਰ ਦਿਓ ਆਪਾਂ ਇੱਕ ਅੰਗਰੇਜ਼ੀ ਵਾਲੀ ਕਲਾਸਾਂ ਸ਼ੁਰੂ ਕਰ ਲੈਣੀਆਂ ਨੇ ਠੀਕ ਆ ਇਹ ਤਾਂ ਪਹਿਲਾਂ ਤਾਂ ਆਪਣੇ ਨਾਲੋਂ ਵੀ ਫਾਇਦਾ ਇਹ ਆ ਜੀ ਆਪਣੀ ਮੋਟਰ ਪਿੰਡ ਪੰਧੇਰ ਖੇੜੀਏ सिम दा पापा ओ पहुंच गया ओ चलिया ओ मोटर ते जाना जेड़ी नाल आ खब्बे हथ चलो चलिए तुर के आपकी चाची तो पुछो तुसी तां पहुंच गए थोड़ी चाची दे राह च ही रह जाना बई किरण ते सिम ने पवन नूं चैलेंज कराया सी रेस लाउण दा बट पवन हथ खड़े कर गई भी मैं हार गई है सिम थोड़ी चाची डर गई है ना है चैलेंज एक्सेप्टेड नहीं पवन कहते मेनू टाइम चाहिए नहीं जवाका तो बेइज्जती वाली हो जू हाले पवन पतली होने की कोशिश कर रही है यार पुत दूर आप गाहली बारी पिंड है उदन चलांगे है नाले तैयार श्यार होके आवे फिर वीडियो बड़ी वधिया बनावांगे ठीक है चलो हुण चाह पानी भी पिला दो चलो जी वापस फिर घरे आ गए घर तुसीं देखे सीगे हुण चलदे आ वापस पिंड जोधा नूं है करन जदों पिछली बारी आए सी इहदे बाल चिट्टे नहीं सीगे चाची थोड़े तौले आ गए लॉक एक्सपेरिमेंट करिए सिम तुसीं कहे मेकअप करना ना अज थोड़ी चाची दे बाल कलर करदे आ आपां घरी चल ठीक है सिम फिर चलते हैं असीं चलो ठीक है चलते उतले करे उतले घर तो चलते वापस पिंड ਤੁਹਾਡੇ ਕਰਕੇ ਸਾਡੀ ਵੀਡੀਓ ਨੂੰ ਵਿਊ ਵਧਾਇਆ ਸੀ ਪਿਛਲੀ ਵਾਰੀ ਥੈਂਕ ਯੂ ਹੈ ਇਸ ਵਾਰ ਫੇਰ ਆ ਜਾਣ ਓਕੇ ਆ ਦੇਖੋ ਸਾਡਾ ਮੁੰਡਾ ਫੋਨ ਤੇ ਹੀ ਰਹਿੰਦਾ ਹਰ ਵਕਤ ਆਪਣਾ ਭਾਈ ਜੈਲੀ ਤੇ ਗਿਆ ਹੋਇਆ ਉਹ ਦੇਖ ਕੌਣ ਕਰਮਜੀਤ ਅੱਛਾ ਓਕੇ ਵੀ ਕੱਲ ਨੂੰ ਕਿਸਾਨ ਯੂਨੀਅਨ ਦੀ ਰੈਲੀ ਪਹੁੰਚਿਓ ਹਮ ਹਮਾ ਕੇ ਪਰ ਵੀ ਵੀਡੀਓ ਅਸੀਂ ਪਰਸੋਂ ਨੂੰ ਪਾਵਾਂਗੇ ਲੇਟ ਹੋ ਜਾਣਾ ਤੇ ਬਾਕੀ ਚਲੋ ਠੀਕ ਹੈ ਬਾਏ ਕਰਨ ਬਾਏ 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 तू तले उधर नू चलिया नहीं ना मेरी गल सुन है गुरपिंदर हुण तेरा ब्याह हो गया है चिट्टा कुर्ता पाके काले बोट ते किधर गिड़िया मारदा फिरदा तू कम गया सी संग जदा कैमरे तो आके ए हरपिंदर दा बड़ा भाई गुरपिंदर हैरी दा बड़ा भाई गैरी हैरी क्या करना तो? रुपिंदर नहीं कहना हैरी है जी इंस्टाग्राम फॉलो कर लिया लिंक पावे डिस्क्रिप्शन ठीक है बाय बाय मोटरसाइकिल ते राइड करन दा इक नज़ारा वा अज्ज ओह सूरज ना जिहड़ा
ਦਿਨਾਂ ਪਤਾ ਨਹੀਂ ਗਿਣਾ ਇੱਥੇ ਅੱਜ ਸਾਡੇ ਸਾਹਮਣੇ ਸਾਹਮਣੇ ਸ਼ਬਦਾਂ ਦੇਖਿਆ ਸੀ ਬੜਾ ਨਜ਼ਾਰਾ ਆਇਆ ਅੱਜ ਚਲੋ ਹੁਣ ਤੁਹਾਨੂੰ ਆਪਾਂ ਘਰੇ ਜਾ ਕੇ ਮਿਲਦੇ ਹਾਂ ਬਿਕੋਜ਼ ਨਹੀਂ ਰਾਹ ਚੱਲਿਆ ਠੀਕ ਆ ਪੜ ਪਵਨ ਫੋਨ ਚੱਲੀ ਦੇਖੋ ਮੈਂ ਖਿਲਰ ਗਈ ਮੋਟਰਸਾਈਕਲ ਤੇ ਜਾਵਾਂ ਅਰੇ ਜਿੱਦਣੇ ਆਪਾਂ ਗਏ ਹਿਮਾਚਲ ਨੂੰ ਉਦਣੇ ਖਿਲਰੇਂਗੀ ਦੇਖੋ ਚਲੋ ਉਦਣੇ ਤਾਂ ਇਹੋ ਜਿਹਾ ਵੀ ਹੈਲਮਟ ਹੈਗਾ ਚਲ ਠੀਕ ਆ ਓਕੇ ਜੀ ਹੁਣ ਘਰੇ ਜਾ ਕੇ ਮਿਲਦੇ ਹਾਂ ਘਰੇ ਜਾ ਕੇ ਹਾਂਜੀ ਜੀ ਆਪਣੀ ਲੋਕਡਾਊਨ ਤੋਂ ਬਾਅਦ ਇਹ ਪਹਿਲੀ ਬਾਈਕ ਰਾਈਡ ਸੀ ਬਹੁਤ ਵਧੀਆ ਰਹੀ ਬਸ ਇੱਕ ਹੈਲਮਟ ਬਹੁਤ ਟਾਈਮ ਬਾਅਦ ਪਾਇਆ ਸੀ ਥੋੜ੍ਹਾ ਜਿਹਾ ਸਿਰ ਭਾਰੀ ਭਾਰੀ ਹੋ ਗਿਆ ਬਾਕੀ ਸਾਰਾ ਕੁਝ ਵਧੀਆ ਸੀ ਅਤੇ ਹਾਂ ਇੱਕ ਸੀਟ ਥੋੜ੍ਹੀ ਜਿਹੀ ਅਨਕੰਫਰਟੇਬਲ ਰਹੀ ਉਹਦਾ ਵੀ ਹੱਲ ਕਰਨਾ ਪੈਣਾ ਬਾਕੀ ਸਾਰਾ ਕੁਝ ਵਧੀਆ ਸੀ ਬਾਕੀ ਇੱਕ ਥੋੜ੍ਹੀ ਜਿਹੀ ਗਰਮੀ ਜ਼ਿਆਦਾ ਸੀਗੀ ਅਤੇ ਮਿੱਟੀ ਘੱਟਾ ਸੀਗਾ ਬਾਕੀ ਹੋਰ ਸਾਰਾ ਕੁਝ ਵਧੀਆ ਸੀਗਾ ਅਤੇ ਇੱਕ ਥੋੜ੍ਹਾ ਜਿਹਾ ਫੋਨ ਦੀ ਦਿੱਕਤ ਆਈ ਬਿਕੋਜ਼ ਫੋਨ ਨੂੰ ਐਂ ਕਰ ਕਰਨ ਨੂੰ ਡਰ ਲੱਗਦਾ ਸੀਗਾ ਇਹਦੇ ਲਈ ਮਤਲਬ ਵੀ ਹੋਰ ਤੁਹਾਨੂੰ ਐਕਸ਼ਨ ਕੈਮਰਾ ਕਰਨਾ ਪੈਣਾ ਰੇਂਜ ਬਾਕੀ ਸਾਰਾ ਕੁਝ ਵਧੀਆ ਸੀਗਾ ਤੇ ਹੁਣ ਬਸ ਆਪਾਂ ਅੱਜ ਦੀ ਵੀਡੀਓ ਇੱਥੇ ਹੀ ਐਂਡ ਕਰਦੇ ਆਂ ਤੇ ਤੁਹਾਨੂੰ ਮਿਲਦਾ ਕਿਸੇ ਅਗਲੀ ਵੀਡੀਓ ਚ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਐਂਡ ਜੇ ਤੁਸੀਂ ਚਾਹੁੰਦੇ ਹੋ ਅਸੀਂ ਪੰਧੇਰ ਖੇੜੀ ਵੀਡੀਓ ਵੱਧ ਬਣਾਇਆ ਕਰੀਏ ਅਸੀਂ ਸਿਮ ਆਪਣੇ ਕਿਰਨ ਤੇ ਹਰਪਿੰਦਰ ਨਾਲ ਵੀਡੀਓ ਵੱਧ ਬਣਾਈਏ ਤਾਂ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਬਿਕੋਜ਼ ਉੱਥੇ ਤਾਂ ਅਸੀਂ ਵੀਡੀਓ ਇੱਕ ਦਿਨ ਚ ਮਤਲਬ ਤਿੰਨ ਤਿੰਨ ਬਣਾ ਸਕਦੇ ਹਾਂ ਸੋ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਅੱਜ ਤਾਂ ਗਰਮੀ ਮਤਲਬ ਸਰੀਰ ਦੇ ਅੰਦਰ ਵੜ ਗਈ ਇੰਨੀ ਗਰਮੀ ਲੱਗੀ ਸੋ ਸੋ ਠੀਕ ਹੈ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ ਚ ਬਾਏ 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 ਗੁੱਡ ਨਾਈਟ